हलचल टीवी न्यूज। मेन बंदे आ जिहड़े सरपंच बने उन्होंने भी कुछ किया भी इतने आण के असीं अपने पिंड दे नूं गेट खलाईए। ਕਰਪੁਰ ਦਾ ਪਿੰਡ ਸੁੱਸਾ ਨੂੰ ਤਬਦੀਲ ਕੀਤਾ ਗਿਆ ਪੁਲਿਸ ਛਾਉਣੀ ਵਿੱਚ, ਹਾਲਾਤ ਹੋਏ ਤਣਾਅਪੂਰਨ। ਦਰਅਸਲ ਇਹ ਮਾਮਲਾ ਪਿੰਡ ਸੁੱਸਾ ਵਿੱਚ ਬਾਬਾ ਜਵਾਹਰ ਦਾਸ ਦਾ ਡੇਰਾ ਹੈ, ਜਿਸ ਵਿੱਚ ਉਹਨਾਂ ਦੀ ਸਮਾਧ ਅਤੇ ਮੂਰਤੀ ਵੀ ਸਥਾਪਿਤ ਕੀਤੀ ਗਈ ਹੈ ਅਤੇ ਕਾਫੀ ਲੰਬੇ ਅਰਸੇ ਤੋਂ ਸੁੱਸਾ ਦੇ ਡੇਰਿਆਂ ਨਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਨੇ ਅਤੇ ਸਾਲ ਬਾਅਦ ਇਸ ਡੇਰੇ ਵਿੱਚ ਕਰਵਾਇਆ ਜਾਣ ਵਾਲਾ ਮੇਲਾ ਨਾ ਕਿ ਪੰਜਾਬ ਅਤੇ ਬਲਕਿ ਵਿਦੇਸ਼ ਵਿੱਚ ਵੀ ਮਸ਼ਹੂਰ ਹੈ। ਲਗਭਗ 2 ਸਾਲ ਪਹਿਲਾਂ ਪਿੰਡ ਦੇ ਆਪਸੀ ਵਿਵਾਦ ਦੇ ਕਾਰਨ ਦਮਦਮੀ ਟਕਸਾਲ ਦੇ ਆਗੂਆਂ ਨੇ ਇਸ ਡੇਰੇ ਦੀ ਸੇਵਾ ਸ਼ੁਰੂ ਕੀਤੀ ਸੀ, ਜਿਸ ਤੋਂ ਬਾਅਦ ਇਸ ਡੇਰੇ ਵਿੱਚ ਦਮਦਮੀ ਟਕਸਾਲ ਵੱਲੋਂ ਇੱਕ ਕੋਰਟ ਤੋਂ ਸਟੇ ਆਰਡਰ ਲੈ ਲਏ ਗਏ ਸਨ, ਜਿਸ ਦਾ ਵਿਰੋਧ ਪਿੰਡ ਸੁੱਸਾ ਦੇ ਨਿਵਾਸੀਆਂ ਵੱਲੋਂ ਕੀਤਾ ਗਿਆ ਅਤੇ 3 ਦਿਨ ਪਹਿਲਾਂ ਕੋਰਟ ਵੱਲੋਂ ਦਮਦਮੀ ਟਕਸਾਲ ਦੇ ਸਟੇ ਨੂੰ ਖਾਰਜ ਕਰਕੇ ਇਹ ਡੇਰਾ ਬਾਬਾ ਜਵਾਹਰ ਦਾਸ ਦਾ ਹੋਣ ਦੇ ਆਦੇਸ਼ ਦਿੱਤੇ ਗਏ ਸਨ। ਪਿੰਡ ਵਾਲੇ ਡੇਰੇ ਵਿੱਚ ਮੱਥਾ ਟੇਕਣ ਪਹੁੰਚੇ ਤਾਂ ਦਮਦਮੀ ਟਕਸਾਲ ਦੇ ਆਗੂਆਂ ਵੱਲੋਂ ਉਹਨਾਂ ਨੂੰ ਰੋਕਿਆ ਗਿਆ, ਜਿਸ ਦਾ ਪਤਾ ਲੱਗਣ ਤੇ ਭਾਰੀ ਪੁਲਿਸ ਪ੍ਰਸ਼ਾਸਨ ਡੇਰੇ ਦੇ ਬਾਹਰ ਤੈਨਾਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ। ਇਸ ਮੌਕੇ ਡੇਰੇ ਦੇ ਬਾਹਰ ਧਰਨਾ ਲਾ ਕੇ ਬੈਠੇ ਲੋਕਾਂ ਦੀ ਮੰਗ ਹੈ ਕਿ ਕੋਰਟ ਦੇ ਆਦੇਸ਼ ਤੋਂ ਬਾਅਦ ਪ੍ਰਸ਼ਾਸਨ ਡੇਰਾ ਖਾਲੀ ਕਰਵਾਵੇ ਤਾਂ ਜੋ ਉਹ ਗੁਰੂ ਸਥਾਨਾਂ ਤੇ ਆ ਕੇ ਮੱਥਾ ਟੇਕ ਸਕਣ। ਕੋਰਟ ਦੇ ਵਿੱਚ ਕੇਸ ਚੱਲਦਾ ਪਿਆ ਸੀਗਾ, ਸੋ ਉਹ ਮਾਨਯੋਗ ਅਦਾਲਤ ਨੇ ਸਟੇ ਆਰਡਰ ਜਿਹੜੇ ਆ ਇਹਨਾਂ ਦੇ ਰੱਦ ਕਰ ਦਿੱਤੇ ਗਏ ਆ। ਸੋ ਅਸੀਂ ਪਿੰਡ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਉਣਾ ਸੀ ਪਰਸੋਂ ਸ਼ਾਮ ਠੀਕ 5 ਵਜੇ। ਅਸੀਂ ਸਾਰੀਆਂ ਸੰਗਤਾਂ ਸ਼ੁਕਰਾਨਾ ਕਰਨ ਆ ਰਹੇ ਸੀ ਤਾਂ ਟਕਸਾਲ ਨੇ ਅੰਦਰੋਂ ਗੇਟ ਨੂੰ ਤਾਲੇ ਲਗਾ ਦਿੱਤੇ। ਅਸੀਂ ਇਹਨਾਂ ਅੱਗੇ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਮੱਥਾ ਟੇਕਣਾ ਵੀ ਸਾਨੂੰ ਸ਼ੁਕਰਾਨਾ ਕਰਨਾ ਸੀ ਤਾਂ ਸਾਨੂੰ ਕਰਨ ਦਿਓ। ਉਹਨਾਂ ਨੇ ਬਿਲਕੁਲ ਆਪਣੇ ਹਥਿਆਰਾਂ ਦੇ ਨਾਲ ਲੈਸ ਸਨ ਤਾਂ ਉਹਨਾਂ ਨੇ ਤਕਰੀਬਨ ਹਥਿਆਰ ਸਾਰਿਆਂ ਨੇ ਫੜੇ ਹੋਏ ਸੀਗੇ। ਅਸੀਂ ਵਾਰ ਵਾਰ ਉਹਨਾਂ ਨੂੰ ਕਿਹਾ ਲੇਕਿਨ ਉਹਨਾਂ ਨੇ ਗੇਟ ਨਹੀਂ ਖੋਲਿਆ। ਹਾਂਜੀ, ਇਹ ਸਾਡਾ ਸੰਘਰਸ਼ ਜਿਹੜਾ ਫਿਰ ਇਹਦੇ ਵਿੱਚ ਤਬਦੀਲ ਹੋ ਗਿਆ। ਇਹ 3 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਕਿ ਜਿਹੜਾ ਕੋਰਟ ਦਾ ਆਖਰੀ ਡਿਸੀਜਨ ਸੀਗਾ ਉਹ ਸਾਡੇ ਹੱਕ ਵਿੱਚ ਆਇਆ, ਪਿੰਡ ਦੀ ਸੰਗਤ ਵਿੱਚ ਸੰਗਤ ਨੂੰ ਮਿਲਿਆ। ਸਾਡੇ ਕੋਲ ਰਿਟਨ ਦੇ ਵਿੱਚ ਕਾਪੀਆਂ ਵੀ ਪਈਆਂ ਆ, ਲੇਕਿਨ ਇਹ ਅੰਦਰ ਬੈਠੇ ਹੋਏ ਆ, ਜ਼ਬਰਦਸਤੀ ਬੈਠੇ ਹੋਏ ਆ ਅੰਦਰ ਟਕਸਾਲ ਵਾਲੇ। ਉਹ ਗੇਟ ਖੋਲਦੇ ਆ, ਉਹ ਅੱਬਲ ਤਾਂ ਪ੍ਰਸ਼ਾਸਨ ਦਾ ਵੀ ਨਹੀਂ ਕਹਿਣਾ ਮੰਨ ਰਹੇ, ਉਹ ਪ੍ਰਸ਼ਾਸਨ ਨੂੰ ਇਗਨੋਰ ਕਰ ਰਹੇ ਉਹ। ਹੁਣ ਸਾਡੇ ਮੇਨ ਬੰਦੇ ਆ ਜਿਹੜੇ ਸਰਪੰਚ ਬਣੇ ਆ ਉਹਨਾਂ ਨੇ ਵੀ ਉਹ ਨਹੀਂ ਕੀਤਾ ਵੀ ਇੱਥੇ ਆਣ ਕੇ ਅਸੀਂ ਆਪਣੇ ਪਿੰਡ ਦਿਆਂ ਨੂੰ ਗੇਟ ਖਲਾਈਏ। ਬਾਬੇ ਦੇ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਆ। ਇਹਨਾਂ ਨੇ ਜਦੋਂ ਵੀ ਇਹਨਾਂ ਨੂੰ ਆਪਣਾ ਆਰਡਰ ਮਿਲਿਆ ਹੈ ਨਾ, ਉੱਥੋਂ ਕਾਪੀ ਅਤੇ ਆਰਡਰ ਦੀ ਮਿਲੀ ਆ, ਤਾਂ ਇਹਨਾਂ ਨੇ ਉਦਣੇ ਇਹਨਾਂ ਨੇ ਕਿਹਾ ਵੀ ਅਸੀਂ ਬਾਬਾ ਜੀ ਦੇ ਮੱਥਾ ਟੇਕਣ ਜਾਣਾ, ਤੁਸੀਂ ਵੀ ਆ ਜਾ। ਮੈਨੂੰ ਵੀ ਫੋਨ ਕੀਤਾ, ਮੈਂ ਕਿਹਾ ਕੋਈ ਨਹੀਂ ਮੈਂ ਆ ਜਾਣੀ, ਮੈਂ ਤਾਂ ਬਾਬੇ ਦੇ ਹੀ ਹਾਂ ਅੰਦਰ ਹੀ ਹਾਂ। ਅਤੇ ਇਹਨਾਂ ਨੇ ਇਹ ਬਾਅਦ 'ਚ ਨਹੀਂ ਪੁੱਛਤਾ ਵੀ ਅਸੀਂ ਤੁਰ ਪਏ ਹਾਂ ਜਾਂ ਨਹੀਂ ਤੁਰ ਪਏ। ਮੈਂ ਆ ਬਾਬਾ ਜੀ ਦੇ ਆ ਗਈ ਹਾਂ, ਆ ਕੇ ਮੈਂ 5 ਮਿੰਟ 15 ਨਿਕਲੋ ਜਦੋਂ ਇਹ ਆਏ ਆ, ਤਾਂ ਉਦੋਂ ਬਾਅਦ ਦੇਖ ਲਓ ਵੀ ਇਹਨਾਂ ਨੇ ਗੇਟ ਲਾ ਕੇ ਹੋਰ ਵੀ ਬੰਦੇ ਜਿਹੜੇ 13 ਖੰਡ ਪਾਠ ਸੀ ਉਹਨਾਂ ਨੂੰ ਵੀ ਇਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ। ਕਚਨੀ ਸਾਡੇ ਪਿੰਡ ਦਾ ਗੁਰਦੁਆਰਾ ਹੈ, ਸਾਡੇ ਪਿੰਡ ਦੀ ਜਗ੍ਹਾ ਆ, ਬਾਬਾ ਜੀ ਦੀ ਜਗ੍ਹਾ ਆ, ਬਾਬਾ ਜੀ ਦਾ ਸਥਾਨ ਆ, ਪਿੰਡ ਦਾ ਸਥਾਨ ਆ, ਪਿੰਡ ਦਾ ਬਣਾਇਆ ਗਿਆ ਆ, ਸਾਰੇ ਪਿੰਡ ਨੇ ਸਬੂਤ ਇਹ ਬਣਾਇਆ ਗਿਆ। ਪਿੰਡ ਨੂੰ ਉਹਨਾਂ ਨੇ ਸੇਵਾ ਬਖਸ਼ਿਸ਼ ਕੀਤੀ ਹੋਆ, ਪਿੰਡ ਨੂੰ ਕੀਤੀ ਹੋ, ਕਿਸੇ ਹੋਰ ਲਾਂਭਲੇ ਨੂੰ ਬਖਸ਼ਿਸ਼ ਨਹੀਂ ਕੀਤੀ। ਲਾਂਭਲੇ ਬੰਦੇ ਆਣ ਕੇ ਪੈਸਾ ਕਿਤੇ ਲਾਂਭੇ ਲਿਜਾਣ ਤਾਂ ਸਾਨੂੰ ਦੁੱਖ, ਪਰ ਪਿੰਡ ਨਾਲ ਧੱਕਾ ਕੀਤਾ ਜਾ ਰਿਹਾ, ਪਿੰਡ ਨੂੰ ਪਿੰਡ ਦਾ ਹੱਕ ਨਹੀਂ ਦਿੱਤਾ ਜਾ ਰਿਹਾ, ਪ੍ਰਸ਼ਾਸਨ ਵੀ ਹੱਕ ਨਹੀਂ ਦਵਾ ਰਿਹਾ, ਪ੍ਰਸ਼ਾਸਨ ਉਹਨਾਂ ਨੂੰ ਹੱਕ ਦਵਾ ਰਿਹਾ, ਉਹ ਸਰਿਆਮ ਗੱਡੀਆਂ ਲੈ ਕੇ ਬਾਹਰ ਜਾਂਦੇ ਆ, ਅਸਲਾ ਡਾਂਗਾਂ ਕਿਰਪਾਨਾਂ ਕੋਲ ਲੈ ਕੇ ਬਾਹਰ ਨਿਕਲਦੇ ਆ, ਬਾਹਰ ਜਾਂਦੇ ਆ, ਅਤੇ ਪਿੰਡ ਵਾਲੇ ਨੂੰ ਮੱਥਾ ਟੇਕਣ ਨਹੀਂ ਦਿੰਦੇ। ਸੰਗਤ ਨੂੰ ਵੀ ਰੋਕਿਆ, ਸੰਗਤ ਵੀ ਕਿਸੇ ਨੂੰ ਨਹੀਂ ਬਣਨ ਦਿੰਦੇ ਅੰਦਰ। ਪ੍ਰਸ਼ਾਸਨ ਵਾਲੇ ਨੇ, SSP ਸਾਹਿਬ ਹੋਰ ਸਾਰਿਆਂ ਨੇ ਕਿਹਾ ਵੀ ਤੁਸੀਂ ਉੱਦਾਂ ਦਾ ਕੰਮ ਨਾ ਕਰੋ, ਅਸੀਂ ਤੁਹਾਡੇ ਨਾਲ ਹਾਂ, ਪਰ ਸਾਡੇ ਨਾਲ ਬਿਲਕੁਲ ਨਹੀਂ ਆ। ਉਹਨਾਂ ਨੇ ਕਿਹਾ ਸੀ ਸਾਨੂੰ ਅਖੇ ਰਿਪੋਰਟ ਲਿਆ ਕੇ ਦਿਖਾ ਦਿਓ, ਉਸੇ ਵੇਲੇ ਨਾਲ ਤੁਹਾਡੇ ਜਾ ਕੇ ਜਿੰਦੇ ਖਿਲਾਵਾਂਗੇ ਤੁਹਾਡੇ ਨਾਲ। ਜਦ ਅਸੀਂ ਰਿਪੋਰਟ ਦਿੱਤੀ ਆ ਫਿਰ ਵੀ ਜਿੰਦੇ ਨਹੀਂ ਖਿਲਾਏ, ਸਾਡੇ ਨਾਲ ਪਿੰਡ ਸੰਗਤ ਨਾਲ ਤਾਂ ਪਿੰਡ ਨਾਲ ਧੱਕਾ ਹੋ ਰਿਹਾ। ਸਾਰੇ ਫੈਮਲੀਆਂ ਵਾਲੇ ਆ ਸਿਰਫ ਇੱਥੇ ਦਰਸ਼ਨ ਮੇਲੇ ਕਰਨ ਦੇ ਮੋਟਿਵ ਨਾਲ ਆਏ ਸੀ, ਹੋਰ ਕੋਈ ਇਦਾਂ ਦਾ ਕਿਸੇ ਦਾ ਵਿਚਾਰ ਨਹੀਂ ਹੈਗਾ ਵੀ ਜਾਂ ਕੋਈ ਲੜਾਈ ਝਗੜਾ ਜਾਂ ਕਬਜ਼ਾ ਕਰਨਾ। ਇੱਕ ਜਿਹੜਾ ਇਹ ਪਰਸਨਲ ਸਥਾਨ ਨਹੀਂ ਕਿਸੇ ਦਾ ਹੈਗਾ, ਇੱਕ ਹੁੰਦਾ ਪਰਸਨਲ ਸਥਾਨ ਕਿਸੇ ਸਾਧੂ ਸੰਤ ਦਾ ਹੁੰਦਾ, ਉਹ ਕਿਸੇ ਨੂੰ ਰੋਕ ਸਕਦਾ, ਪਰ ਜਦੋਂ ਇੱਕ ਸਥਾਨ ਜਿਹੜਾ ਪਬਲਿਕਲੀ ਇਹ ਸਥਾਨ ਆ, ਪਿੰਡ ਦਾ ਸਥਾਨ ਆ, ਬਹੁਤ ਪੁਰਾਤਨ ਸਥਾਨ ਆ, ਮਹਾਰਾਜ ਦਾ ਬਾਬਾ ਜੀ ਪਿੰਡ ਦੇ ਹੋਏ ਆ ਔਰ ਪਿੰਡ ਹੀ ਸ਼ੁਰੂ ਤੋਂ ਇਸ ਸਥਾਨ ਦੀ ਸੇਵਾ ਕਰਦਾ ਆਇਆ, ਕੁਛ ਪਿੰਡ ਦੇ ਕੁਛ ਵੀ ਤਕਰਾਰ ਹੋਣ ਦੇ ਨਾਲ ਇਹਨਾਂ ਨੂੰ ਕੁਛ ਸਮੇਂ ਲਈ ਲਿਆਂਦਾ ਗਿਆ ਸੀ, ਪਰ ਇਹ ਹੁਣ ਕਬਜ਼ਾ ਛੱਡ ਕੇ ਰਾਜੀ ਨਹੀਂ ਹੈਗੇ। ਔਰ ਸਾਡੀ ਇਹ ਮੰਗ ਆ ਵੀ ਠੀਕ ਆ, ਜਿਨ੍ਹਾਂ ਬੰਦਿਆਂ ਦੇ ਖਿਲਾਫ ਸਟੇਟਸ ਕੋ ਸੀਗਾ
15 ਬੰਦੇ ਉਸ ਸਟੇਟਸ ਕੋ ਦੇ ਵਿੱਚ ਪਾਰਟੀ ਬਣੇ ਸੀਗੇ ਜਿਹੜਾ ਇਹਨਾਂ ਨੇ ਕੇਸ ਕੀਤਾ ਸੀ ਟਕਸਾਲ ਵਾਲਿਆਂ ਨੇ ਨਾ 15 ਬੰਦਿਆਂ ਨੂੰ ਲੀਗਲੀ ਹੱਕ ਪਹਿਲਾਂ ਨਹੀਂ ਸੀ ਅੰਦਰ ਜਾ ਕੇ ਇਹਨਾਂ ਦੇ ਕੰਮ 'ਚ ਬੋਲਣ ਦਾ ਮੱਥਾ ਟੇਕਣ ਦਾ ਹੱਕ ਪਹਿਲਾਂ ਤੋਂ ਹੀ ਸਾਰਿਆਂ ਨੂੰ ਸੀਗਾ ਕਿਉਂਕਿ ਕੋਰਟ ਇਹ ਕਹਿੰਦੀ ਸਟੇਟਸ ਕੋ ਦਾ ਵੀ ਸਟੇਟਸ ਜਿਹੜਾ ਕੇਸ ਦਾ ਸਟੇਟਸ ਜਿਹੜਾ ਉਹ ਮੇਨਟੇਨ ਰੱਖਣਾ ਹੈ ਨਾ ਆਪ ਜੀ ਜਾਣਦੇ ਹੋ ਉਹਨਾਂ 15 ਬੰਦਿਆਂ ਨੂੰ ਪਹਿਲਾਂ ਵੀ ਹੱਕ ਸੀ ਉਹ ਅੰਦਰ ਜਾ ਕੇ ਮੱਥਾ ਟੇਕ ਕੇ ਆਪਣੇ ਘਰ 'ਚ ਵਾਪਸ ਜਾ ਸਕਦੇ ਸੀ ਪਰ ਹੁਣ ਉਹ 15 ਬੰਦੇ ਤਾਂ ਚਲੋ ਠੀਕ ਹੈ ਅਸੀਂ ਮੰਨਦੇ ਉਹ ਵੀ ਨਾਲ ਹੈ ਸਾਡੇ ਪਰ ਬਾਕੀ ਸੰਗਤ ਨੇ ਜਿਹੜੀ ਬਾਹਰੋਂ ਵੀ ਆ ਰਹੀ ਆ ਸਾਡੇ ਨਾਲ ਸਾਰੇ ਇਲਾਕੇ ਦੀਆਂ ਸੰਗਤਾਂ ਇੱਥੇ ਇਕੱਠੀਆਂ ਲੰਗਰ ਲੱਗੇ ਹੋ ਆ ਪਰ ਬਾਕੀਆਂ ਨੂੰ ਤਾਂ ਮੱਥਾ ਟੇਕਣ ਦਾ ਘੱਟ ਤੋਂ ਘੱਟ ਜਿਹੜਾ ਉਹ ਰਾਈਟ ਹੋਣਾ ਚਾਹੀਦਾ ਹੈ ਨਾ ਪ੍ਰਸ਼ਾਸਨ ਦੀ ਡਿਊਟੀ ਆ ਇਹ ਲਾਅ ਐਂਡ ਆਰਡਰ ਇਹਨਾਂ ਨੇ ਅਪਲਾਈ ਕੀਤਾ ਆ ਇਹ ਠੀਕ ਆ ਗੱਲ ਹੈ ਨਾ ਪਰ ਇਹਨਾਂ ਨੂੰ ਚਾਹੀਦਾ ਪੁਲਿਸ ਅਧਿਕਾਰੀਆਂ ਨੂੰ ਵੀ ਘੱਟ ਤੋਂ ਘੱਟ ਦਰਸ਼ਨ ਮੇਲੇ ਦਾ ਕਾਰਨ ਦਿੱਤੇ ਜਾਣ ਸੰਗਤ ਜਿਹੜੀ ਬਾਹਰੋਂ ਵੀ ਆ ਰਹੀ ਆ ਔਰ ਸਾਨੂੰ ਅੰਦਰ ਜਾ ਕੇ ਸਾਡੇ ਪਿੰਡ ਦਾ ਸਥਾਨ ਆ ਅੰਦਰ ਜਾ ਕੇ ਸਾਨੂੰ ਬਹਿਣ ਦਾ ਤੇ ਜਿਹੜਾ ਹੈਗਾ ਉਹ ਹੱਕ ਹੈਗਾ ਹੀ ਆ ਨਾ ਕਿਉਂਕਿ ਜਦੋਂ ਇਹਨਾਂ ਨੂੰ ਡੇਰਾ ਸੌਂਪਿਆ ਸੀ ਨਾ ਵਿਰੋਧੀ ਪਾਰਟੀ ਨੇ ਉਸ ਤੋਂ ਬਾਅਦ ਵੀ ਅਸੀਂ ਸੰਘਰਸ਼ ਕੀਤਾ ਸੀ ਕਿ ਅਸੀਂ ਇਹ ਜਿਹੜਾ ਡੇਰਾ ਹੈਗਾ ਪਿੰਡ ਦਾ ਡੇਰਾ ਪਿੰਡ ਵਿੱਚ ਹੀ ਰੱਖਣਾ ਚਾਹੁੰਦੇ ਹਾਂ ਉਦੋਂ ਅਸੀਂ ਇਹਨਾਂ ਦੇ ਕੋਲ ਆਏ ਸੀ ਇਲਾਕੇ ਦੀਆਂ ਮੋਹਤਵਾਰ ਸੰਗਤਾਂ ਆਈਆਂ ਸੀ ਸਰਪੰਚ ਆਏ ਸੀ ਆਲੇ ਦੁਆਲੇ ਪਿੰਡਾਂ ਦੇ ਤਾਂ ਇਹਨਾਂ ਦੇ ਨਾਲ ਉਦੋਂ ਅਸੀਂ ਬੈਠ ਕੇ ਗੱਲ ਕੀਤੀ ਸੀਗੀ ਬਾਬਾ ਜੀਵਾ ਸਿੰਘ ਜੀ ਨਾਲ ਉਹ ਕਹਿੰਦੇ ਸੀ ਕਿ ਤੁਸੀਂ 80% ਬੰਦਿਆਂ ਨੇ ਸਾਈਨ ਕਰਵਾ ਲਿਓ ਅਤੇ ਅਸੀਂ ਇਹ ਡੇਰਾ ਛੱਡ ਕੇ ਚੱਲ ਜਾਵਾਂਗੇ ਉਸ ਤੋਂ ਬਾਅਦ ਫਿਰ ਅਸੀਂ ਨਹੀਂ ਆਏ ਇੱਥੇ ਮੱਥਾ ਟੇਕਣ ਇਹਨਾਂ ਨੇ ਇਸ ਚੱਲਦਿਆਂ ਇਹਨਾਂ ਨੇ ਸਾਡੇ ਪਿੰਡ ਦੇ ਕੁਛ ਬੰਦਿਆਂ 'ਤੇ 21 ਬੰਦੇ ਨਹੀਂ ਲੈ ਲਏ ਵਿੱਚ ਨੌਜਵਾਨ ਮੁੰਡੇ ਕੁਛ ਮੁੰਡੇ ਬਾਹਰ ਜਾਣ ਵਾਲੇ ਵੀ ਪਾਸਪੋਰਟ ਬਣਾਉਣ ਵਾਲੇ ਵੀ ਸੀ ਇਹਨਾਂ ਨੇ ਉਹਨਾਂ ਦੇ ਉੱਤੇ ਇੱਕ ਨਾ ਲੋਅਰ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਔਰ ਉਸ ਕੇਸ ਦੇ ਉੱਤੇ ਇਹਨਾਂ ਨੇ ਸਟੇਅ ਲੈ ਲਿਆ ਸਟੇਅ ਇਹਨਾਂ ਨੂੰ ਭਾਅ ਜੀ ਪਿਛਲੇ ਸਾਲ ਮਿਲਿਆ ਮਈ 'ਚ ਅਤੇ ਹੁਣ ਉਹ ਸਟੇਅ ਚੱਲਦੇ 18 ਫਰਵਰੀ ਨੂੰ ਪਰਸੋਂ ਹੀ ਨਾ ਜਿਹੜਾ ਸਟੇਅ ਇਹਨਾਂ ਦਾ ਟੁੱਟ ਗਿਆ ਸਟੇਅ ਟੁੱਟਣ ਤੋਂ ਬਾਅਦ ਅਸੀਂ ਇੱਥੇ ਬਾਬਾ ਜੀ ਦੇ ਮੱਥਾ ਟੇਕਣ ਆਏ ਸਾਡੇ ਪਿੰਡ ਦੇ ਵਿੱਚ ਭਾਅ ਜੀ ਰੀਤ ਆ ਕੁਛ ਵੀ ਹੋਵੇ ਨਾ ਕੋਈ ਪੰਚਾਇਤ ਜਿੱਤੇ ਜਾਂ ਕਿਸੇ ਦੇ ਘਰ ਬੱਚਾ ਹੋਵੇ ਕੋਈ ਵੀ ਖੁਸ਼ੀ ਦਾ ਟਾਈਮ ਹੋਵੇ ਤਾਂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਉਂਦੇ ਆ ਇਸੇ ਤਰ੍ਹਾਂ ਅਸੀਂ ਸ਼ੁਕਰਾਨਾ ਕਰਨਾ ਸੀ ਇਨੀ ਸਾਡੇ ਆਉਣ ਤੋਂ ਵੈਸੇ ਤਾਂ ਬਾਬਾ ਜੀ ਦੇ ਜਿਹੜੇ ਗੇਟ ਆ ਮੇਰੇ ਖਿਆਲ ਰਾਤ ਨੂੰ 9 ਵਜੇ ਬੰਦ ਹੁੰਦੇ ਆ ਤਾਂ ਇਹਨਾਂ ਨੇ 6:30 ਵਜੇ ਗੇਟਾਂ ਨੂੰ ਜਿੰਦੇ ਲਾਦੇ ਅਤੇ ਅੰਦਰਲੇ ਪਾਸੇ ਕਿਰਪਾਨਾਂ ਲੈ ਕੇ ਖੜ ਗਿਆ ਸੰਗਤ ਆਈ ਮੱਥਾ ਟੇਕਣ ਇਹਨਾਂ ਨੇ ਅੰਦਰ ਨਹੀਂ ਵੜਨ ਦਿੱਤਾ ਤਾਂ ਇੰਨੀ ਦੇਰ ਨੂੰ ਚਲੋ ਪ੍ਰਸ਼ਾਸਨ ਵੀ ਆ ਗਿਆ ਅਤੇ ਪ੍ਰਸ਼ਾਸਨ ਨੇ ਵੀ ਕੁਛ ਨਹੀਂ ਕੀਤਾ ਉਹਨਾਂ ਨੇ ਤਾਂ ਇਹੀ ਕੋਸ਼ਿਸ਼ ਕੀਤੀ ਕਿ ਲੜਾਈ ਨਾ ਹੋਵੇ ਉਹਨਾਂ ਨੇ ਵੀ ਰੋਕ ਦਿੱਤਾ ਸਾਨੂੰ ਵੀ ਰੋਕ ਦਿੱਤਾ ਅਸੀਂ ਬਾਹਰਲੀ ਸਾਈਡ 'ਤੇ ਬੈਠ ਕਿਉਂਕਿ ਸਾਨੂੰ ਪ੍ਰਸ਼ਾਸਨ ਕਹਿ ਰਿਹਾ ਸੀ ਕਿ ਤੁਸੀਂ ਕੋਰਟ ਦਾ ਆਰਡਰ ਸਾਨੂੰ ਲਿਆ ਕੇ ਦਿਓ ਜਿਹੜਾ ਸਟੇਅ ਟੁੱਟਿਆ ਅਤੇ ਅਸੀਂ ਕੋਰਟ ਦੇ ਆਰਡਰ ਦੇ ਦੇਖ ਕੇ ਅਸੀਂ ਤੁਹਾਨੂੰ ਅੰਦਰ ਮੱਥਾ ਟੇਕਣ ਦੀ ਇਜਾਜ਼ਤ ਵੀ ਅੰਦਰ ਵੀ ਭੇਜਾਂਗੇ ਸਾਨੂੰ ਕੱਲ੍ਹ ਦਾ ਆਰਡਰ ਵੀ ਮਿਲ ਗਿਆ ਅਸੀਂ ਇਹਨਾਂ ਨੂੰ ਵਾਰ ਵਾਰ ਆਰਡਰ ਵੀ ਪੜਾ ਰਹੇ ਹਾਂ ਪਰ ਉਸ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਵੀ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਵੀ ਹਾਂ ਵੀ ਤੁਸੀਂ ਅੰਦਰ ਜਾ ਸਕਦੇ ਹਾਂ ਜਾਂ ਨਹੀਂ ਜਾ ਸਕਦੇ ਅਸੀਂ ਤਾਂ ਉਹਨਾਂ ਤੋਂ ਇਹੀ ਮੰਗ ਕਰਦੇ ਹਾਂ ਕਿ ਬਾਬਾ ਜੀ ਦਾ ਡੇਰਾ ਪਿੰਡ ਦਾ ਆ ਔਰ ਦੂਸਰੀ ਗੱਲ ਇਹ ਕਿ ਭਾਅ ਜੀ ਜਿਹੜੇ ਟਕਸਾਲ ਹੈਗੀ ਆ ਨਾ ਇਹਨਾਂ ਦੇ ਸੰਵਿਧਾਨ ਦੇ ਵਿੱਚ ਮੂਰਤੀ ਪੂਜਾ ਜਾਂ ਪੀਰਾਂ ਦੀ ਜਗ੍ਹਾ ਦੀ ਪੂਜਾ ਕਰਨਾ ਨਹੀਂ ਲਿਖਿਆ ਆ ਪਰ ਸਾਡੇ ਬਾਬਾ ਜੀ ਦੇ ਅੰਦਰ ਮੂਰਤੀ ਵੀ ਬਣੀ ਹੋਈ ਆ ਜਿਹੜੇ ਬਾਬਾ ਜੀ ਦੇ ਸੇਵਾਦਾਰ ਹੋਏ ਆ ਪੀਰ ਪੈਗੰਬਰ ਉਹਨਾਂ ਦੀਆਂ ਸਮਾਧਾਂ ਵੀ ਬਣੀਆਂ ਆ ਅੱਜ ਮਿਸਟਰ ਜੀਵਾ ਸਿੰਘ ਦੇ ਕੋਲ ਨਾ ਦੂਸਰੇ ਚੈਨਲ ਵਾਲੇ ਗਏ ਸੀਗੇ ਉਹਨਾਂ ਨੂੰ ਪੁੱਛਿਆ ਸੀ ਕਿੱਥੇ ਮਨਮਤ ਹੋ ਰਹੀ ਹੈ ਕਿ ਤੁਸੀਂ ਕੀ ਕਰ ਰਹੇ ਆ ਉਹਨਾਂ ਦਾ ਜਵਾਬ ਇਹ ਸੀ ਉਹ ਕਹਿੰਦੇ ਕਿ ਅਸੀਂ ਨਾ ਮਨਮਤ ਇੱਥੇ ਪਹਿਲਾਂ ਹੁੰਦੀ ਸੀ ਹੁਣ ਅਸੀਂ ਸਿੱਖੀ ਦਾ ਪ੍ਰਚਾਰ ਕਰ ਰਹੇ ਹਾਂ ਅਸੀਂ ਮਨਮਤ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਇਹਦਾ ਮਤਲਬ ਤਾਂ ਸਾਫ਼ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਜ਼ਰੂਰ ਇਸ ਚੀਜ਼ ਨੂੰ ਰੋਕਣਗੇ ਉਹ ਬਾਬਾ ਜੀ ਦੀ ਮੂਰਤੀਆਂ ਨੂੰ ਵੀ ਠੇਸ ਪਹੁੰਚਾਉਣਗੇ ਔਰ ਪੀਰਾਂ ਦੀ ਜਗ੍ਹਾ ਨੂੰ ਵੀ ਠੇਸ ਪਹੁੰਚਾਉਣਗੇ ਕੀ ਮੰਗ ਕਰਦੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਕਿ ਸ਼ਾਂਤੀਪੂਰਵਕ ਉਹਨਾਂ ਨੂੰ ਇੱਥੋਂ ਠਾਲਿਆ ਜਾਵੇ ਅਤੇ ਸਾਨੂੰ ਜਿਹੜੇ ਪਿੰਡ ਵਾਲਿਆਂ ਨੂੰ ਡੇਰੇ ਦੇ ਵਿੱਚ ਅੰਦਰ ਮੱਥਾ ਟੇਕਣ ਦਾ ਅਤੇ ਆਪਣਾ ਅੰਦਰ ਜਾ ਕਾਰੋਬਾਰ ਚਲਾਉਣ ਦਾ ਹੱਕ ਦਿੱਤਾ ਜਾਵੇ ਫ੍ਰੀ ਸੇਵਾ ਫ੍ਰੀ ਸਮਾਧਾਨ ਵਿਦੇਸ਼ 'ਚ ਬੈਠੇ ਕਿਉਂ ਪਰੇਸ਼ਾਨ ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਪੰਡਿਤ ਸ਼ਾਮ ਸੁੰਦਰ ਜੀ ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ ਅਜਿਹਾ ਕੋਈ ਤਾਲਾ ਨਹੀਂ ਜੋ ਖੁੱਲੇ ਨਾ ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ ਲਵ ਮੈਰਿਜ ਲਾਟਰੀ ਨੰਬਰ PR ਪ੍ਰੋਬਲਮ ਵਿਦੇਸ਼ 'ਚ ਪੱਕਾ ਹੋਣਾ ਸੌਤਨ ਜਾਂ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਸੱਸ ਨੂੰ ਪਤੀ ਪਤਨੀ 'ਚ ਅਣਬਣ ਜਾਇਦਾਦ 'ਚ ਝਗੜਾ ਮਨ ਜਾਇਆ ਪਿਆਰ ਬੱਚੇ ਕਹਿਣੇ ਤੋਂ ਬਾਅਦ ਘਰ 'ਚ ਕਲੇਸ਼ ਜੇਕਰ ਤੁਹਾਡਾ ਕੋਈ ਭੈਣ ਭਰਾ ਪਤੀ ਪਤਨੀ ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵੱਸ ਵਿੱਚ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਪੰਡਿਤ ਸ਼ਾਮ ਸੁੰਦਰ ਜੀ ਨੂੰ ਤੁਰੰਤ ਸੰਪਰਕ ਕਰੋ ਫੋਨ ਨੰਬਰ 97795-056-88 ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 9779595056-68